ਹਾਂਜੀ, ਗੁਰਵਿੰਦਰ ਸਿੰਘ, ਪਿੰਡਰ ਮੁਕੇਰੀਆਂ, ਆਪਣੇ ਪਿੰਡਰ ਬੱਸ ਸਰਵਿਸ। ਕੀ ਸਮੱਸਿਆ ਆ ਰਹੀ ਹੈ ਤੁਹਾਨੂੰ? ਸਮੱਸਿਆ ਸਰ ਇਹ ਆ ਰਹੀ ਆ, ਪਹਿਲੀ ਗੱਲ ਤਾਂ ਅਸੀਂ ਤੁਹਾਡਾ ਜਿਨ੍ਹਾਂ ਨੇ ਆਣ ਕੇ ਸਾਡੀ ਗੱਲ ਸੁਣੀ ਆ, ਮੀਡੀਆ ਟਾਈਮ ਟੇਬਲ ਸੰਬੰਧੀ ਆ ਜੀ। ਟਾਈਮ ਟੇਬਲ ਸੰਬੰਧੀ ਇੱਦਾਂ ਵਾ, ਮੈਂ ਅਤੇ ਮੇਰੇ ਵੀਰ, ਵੱਡੇ ਵੀਰ ਜੀ ਖੜੇ ਨੇ ਪਾਲ ਬੱਸ ਵਾਲੇ, ਅਸੀਂ ਘੱਟੋ ਘੱਟ 2.5 ਸਾਲ ਤੋਂ ਬੱਸਾਂ ਦਾ ਟੈਕਸ ਤਾਰ ਰਹੇ ਹਾਂ। ਕੁਝ 2-3 ਬੱਸਾਂ ਇਹਦੀਆਂ ਨੇ, 4-5 ਮੇਰੀਆਂ ਨੇ, ਜਿਹੜੀਆਂ ਕਿ ਬਿਲਕੁਲ ਰੋਡ 'ਤੇ ਚੱਕਾ ਜਾਮ ਖੜੀਆਂ। ਬੱਸ ਸਟੈਂਡ ਜਾ ਕੇ ਵੇਖ ਸਕਦੇ ਹੋ, ਬੁੱਢੇ ਵਾਲਾ ਪਿੰਡ ਵੇਖ ਸਕਦੇ ਹੋ, ਮਹਿਤਪੁਰ ਜਾ ਕੇ ਵੇਖ ਸਕਦੇ, ਜਿਹੜੀਆਂ ਬੱਸਾਂ ਸਾਡੀਆਂ ਖੜੀਆਂ ਨੇ, ਉਹਨਾਂ ਦਾ ਅੱਜ ਦੀ ਤਰੀਕ 'ਤੇ ਅਸੀਂ ਮੋਬਾਈਲ 'ਤੇ ਤੁਹਾਨੂੰ ਐਮ ਪ੍ਰਵਾਨ 'ਤੇ ਦੱਸ ਸਕਦੇ ਹਾਂ ਕਿ ਜਿਨ੍ਹਾਂ ਦਾ 1 ਕੁਆਟਰ ਦਾ, 3 ਮਹੀਨਿਆਂ ਦਾ ਟੈਕਸ ਅਸੀਂ ਮਿੰਨੀ ਬੱਸ ਵਾਲੇ ਐਡਵਾਂਸ ਤਾਰਦੇ ਹਾਂ। ਠੀਕ ਹੈ ਜੀ, ਅਸੀਂ ਕੱਲ੍ਹ ਵੀ ਗਏ ਸੀ, ਕੱਲ੍ਹ ਵੀ ਸਾਡੀ ਕੋਈ ਉੱਥੇ ਸੁਣਵਾਈ ਨਹੀਂ ਹੋਈ। ਅਜੇ ਜਿਹੜੇ ਲੋਕ ਡੰਗਰ ਲੈ ਕੇ ਮੰਡੀਆਂ 'ਚ ਜਾਂਦੇ ਨੇ, ਉਹਨਾਂ ਦੀ ਵੀ ਥੋੜ੍ਹੀ ਬਹੁਤੀ ਸੁਣਵਾਈ ਹੁੰਦੀ ਆ, ਸਾਡੀ ਜਿਹੜੀ ਹੈ ਕੋਈ ਸੁਣਵਾਈ ਨਹੀਂ। ਅਸੀਂ ਪ੍ਰੋਪਰ ਟੈਕਸ ਤਾਰਦੇ ਹਾਂ, ਪਾਸਿੰਗਾਂ ਕਰਾ ਰਹੇ ਹਾਂ, ਹਰ ਚੀਜ਼ ਜਿਹੜਾ ਵਾ ਟਾਈਮ ਟੂ ਟਾਈਮ ਕਰਾ ਰਹੇ ਹਾਂ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਸਰਕਾਰ ਯਤਨਸ਼ੀਲ ਹੈ, ਅਸੀਂ ਸਰਕਾਰ 'ਤੇ ਕਿੰਦੂ ਪ੍ਰੇਤੂ ਨਹੀਂ ਕਰਦੇ, ਪਰ ਜਿਹੜੇ RTA ਸਾਹਿਬ, TTI ਹੁਸ਼ਿਆਰਪੁਰ ਰੋਡਵੇਜ਼, ਬਿਲਕੁਲ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ। ਨਿੱਕੀ ਜੀ ਗੱਲ ਹੁੰਦੀ, ਉੱਠ ਕੇ ਭੱਜ ਜਾਂਦਾ ਆ। ਅੱਜ ਵੀ ਅਸੀਂ GM ਸਾਹਿਬ ਨੂੰ ਮਿਲ ਗਏ, ਸਾਨੂੰ ਨਹੀਂ ਮਿਲਿਆ, ਅਤੇ GM ਸਾਹਿਬ ਨਹੀਂ ਮਿਲੇ, ਫਿਰ ਜਤਿੰਦਰ ਕੁਮਾਰ ਹੀ ਸਾਨੂੰ ਉੱਥੇ ਮਿਲਿਆ, ਅਤੇ ਅਸੀਂ ਉਹਨੂੰ ਕਹਿ ਕੇ ਆਏ ਹਾਂ ਕਿ ਭਾਈ ਸਾਹਿਬ ਤੂੰ ਸਾਡੇ ਨਾਲ ਬਹੁਤ ਜ਼ਿਆਦਾ ਨਜਾਇਜ਼ ਕਰ ਰਿਹਾ, ਅਤੇ ਉਹਦੇ ਸਿਰ 'ਤੇ ਫਿਰ ਜੂ ਨਹੀਂ ਸਰਕਦੀ। ਠੀਕ ਹੈ ਜੀ, ਅੱਗੋਂ ਸਾਨੂੰ ਉਲਟਾ ਮਜ਼ਾਕ ਕਰੇਗਾ, ਅਤੇ ਸਾਡੀ ਬੇਨਤੀ ਇਹ ਹੈ ਕਿ ਜਲਦ ਤੋਂ ਜਲਦ ਟਾਈਮ ਟੇਬਲ ਬਣਾਇਆ ਜਾਵੇ, ਅਤੇ ਨਹੀਂ ਅਸੀਂ ਜਿਹੜਾ ਵਾ ਅੱਗੇ ਤੁਹਾਨੂੰ ਦਰਖਾਸਤ ਤੁਹਾਨੂੰ ਦੱਸ ਚੁੱਕੇ ਹਾਂ, 16/16/1/2024 ਨੂੰ ਅਸੀਂ ਦਰਖਾਸਤ ਮਾਨਯੋਗ DC ਸਾਹਿਬ ਨੂੰ, SDM ਸਾਹਿਬ ਨੂੰ, ਸੈਕਟਰੀਏਟ ਪੰਜਾਬ ਚੰਡੀਗੜ੍ਹ, ਅਤੇ ਟਰਾਂਸਪੋਰਟ ਮੰਤਰੀ ਅਤੇ ਮੁੱਖ ਮੰਤਰੀ ਸਾਹਿਬ ਨੂੰ, ਉਹਨਾਂ ਦਾ ਇੱਕ ਸਾਨੂੰ ਜਵਾਬ ਆ ਚੁੱਕਾ ਵਾ ਕਿ ਤੁਹਾਡੇ ਨਾਲ ਸਿੱਧੇ ਤੌਰ 'ਤੇ ਰਾਬਤਾ ਕੀਤਾ ਜਾਏਗਾ, ਟਰਾਂਸਪੋਰਟ ਵਿਭਾਗ ਕਰੇਗਾ, ਪਰ ਅੱਜ ਤੱਕ 1 ਮਹੀਨੇ ਤੋਂ ਉੱਪਰ ਟਾਈਮ ਹੋ ਗਿਆ, ਸਾਡੇ ਨਾਲ ਕੋਈ ਰਾਬਤਾ ਨਹੀਂ ਹੋਇਆ। ਅਸੀਂ 29/2/2024 ਨੂੰ ਦੁਪਹਿਰੇ 2 ਵਜੇ ਸਰਕਾਰੀ ਹਸਪੀਟਲ ਦੇ ਸਾਹਮਣੇ ਆਪਣੀ ਇੱਕ ਬੱਸ ਜਿਹੜੀ ਹੈ, ਸਾਡੇ ਮੂੰਹੋਂ ਗੱਲਾਂ ਜੱਚਦੀਆਂ ਨੇਗੀਆਂ, ਅਤੇ ਨਾ ਹੀ ਇਹ ਕਹਿਣ ਯੋਗ ਨੇ ਵੀ ਅਸੀਂ 29 ਤਰੀਕ ਨੂੰ ਇਸੇ ਮਹੀਨੇ ਆਪਣੀ ਬੱਸ ਸਾੜਨ ਜਾ ਰਹੇ ਹਾਂ ਜੀ, ਦੁਖੀ ਹੋ ਕੇ, ਕਿਉਂਕਿ ਸਾਡੀ ਕੋਈ ਸੁਣਵਾਈ ਨਹੀਂ ਹੋਈ। ਜਤਿੰਦਰ ਸਿੰਘ ਜੀ ਕਦੋਂ ਦੀਆਂ ਬੱਸਾਂ ਅਤੇ ਕਿੰਨੀਆਂ ਬੱਸਾਂ ਤੁਹਾਡੀਆਂ ਖੜੀਆਂ, ਅਤੇ ਕਿੰਨਾ ਟੈਕਸ ਪਿਆ? 4-5 ਬੱਸਾਂ ਖੜੀਆਂ ਜੀ ਮੇਰੀਆਂ, 2 ਸਾਲ ਤੋਂ, ਉਹ ਟਾਈਮ ਟੇਬਲ ਨਹੀਂ ਬਣ ਰਿਹਾ ਹੈਗਾ ਜੀ, ਜਾਂਦੇ ਹਾਂ, ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਸਾਡੀ ਜੀ। RKC ਮੁੱਖ ਮੰਤਰੀ ਸਾਹਿਬ ਨੂੰ, DC ਸਾਹਿਬ ਨੂੰ ਲੈਟਰ ਕੱਢੇ ਸੀਗੇ, ਉਹਨਾਂ ਨੇ ਸਾਨੂੰ ਭੇਜਿਆ ਸੀ ਤੁਹਾਡੀ ਸੁਣਵਾਈ ਹੋਵੇਗੀ, ਪਰ ਕਿਸੇ ਦੇ ਕੰਨ 'ਤੇ ਜੂ ਨਹੀਂ ਸਰਕਦੀ ਪਈ, ਕੋਈ ਸਾਡੀ ਸੁਣਵਾਈ ਕਿਤੇ ਨਹੀਂ ਹੋ ਰਹੀ। ਕੱਲ੍ਹ ਵੀ ਗਏ ਸੀਗੇ, ਉਲਟਾ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਜੀ। ਮੰਗ ਸਾਡੀ ਇਹ ਵੀ ਸਾਡਾ 29 ਤਰੀਕ ਤੋਂ ਪਹਿਲਾਂ ਟਾਈਮ ਟੇਬਲ ਬਣਾ ਦਿੱਤਾ ਜਾਏ, ਅਤੇ ਠੀਕ ਆ ਨਹੀਂ ਤਾਂ 29 ਤਰੀਕ ਨੂੰ ਠੀਕ 2 ਵਜੇ ਸਰਕਾਰੀ ਹੋਸਪਿਟਲ ਦੇ ਸਾਹਮਣੇ, ਜਿਵੇਂ ਭਿੰਡਰ ਭਾਅ ਜੀ ਨੇ ਕਿਹਾ ਆ, ਬੱਸ ਪੱਕੀ ਸਾੜੀ ਜਾਏਗੀ।